ਅਸਲਾਮੁ ਅਲੈਕੁਮ ਬੇਲੀਓ, ਕੀ ਹਾਲ ਹੈ? ਮੈਂ ਤੁਹਾਡਾ ਵੀਰ ਮਜ਼ਰ ਮਲਕ ਵੈਲਕਮ ਕਰਨਾ ਤੁਹਾਨੂੰ ਆਪਣੇ ਯੂਟਿਊਬ ਚੈਨਲ 'ਤੇ। ਹੋਰ ਸਾਰੀ ਖੈਰ ਹੈ ਯਾਰ? ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਯੂਟਿਊਬ ਥੋੜ੍ਹੀ ਜਿਹੀ ਵੀਡੀਓ ਅੱਗੇ ਪਿੱਛੇ ਹੋ ਜਾਏ ਜਾਂ ਕੋਈ ਪਿੱਛੇ ਗਾਣਾ ਲੱਗ ਜਾਏ, ਉਸੇ ਟਾਈਮ ਫੌਰੀ ਕਾਪੀਰਾਈਟ ਦਾ ਦੇ ਦਿੰਦੇ ਨੇ ਜੀ ਆਪਸ਼ਨ, ਵੀ ਤੁਹਾਡੀ ਜਿਹੜੀ ਵੀਡੀਓ 'ਚ ਨਾ ਗਾਣਾ ਚੱਲ ਪਿਆ ਅਤੇ ਕਾਪੀਰਾਈਟ ਦਾ ਮਸਲਾ ਆ ਗਿਆ। ਮੈਨੂੰ 4 ਸਾਲ ਹੋ ਗਏ ਨੇ ਵੀਡੀਓ ਅਪਲੋਡ ਕਰਦਿਆਂ, ਹਜੇ ਤਾਈਂ ਮੇਰੀ ਵੀਡੀਓ ਫਾਰ ਯੂ 'ਤੇ ਨਹੀਂ ਗਈ। ਪਹਿਲੇ ਮੇਰੇ ਨਾਲ ਇਹ ਮਸਲਾ ਤਾਂ ਹੱਲ ਕਰੋ ਵੀ ਇਹ ਕੀ ਰੋਲਾ ਹੈ। ਮਾੜਾ ਜਿਹਾ ਵੀਡੀਓ ਦੇ ਵਿੱਚ ਡਿਫੈਲਟ ਆਉਂਦਾ ਨਹੀਂ ਅਤੇ ਉਸੇ ਟਾਈਮ ਕਾਪੀਰਾਈਟ ਦੀਆਂ ਕੋਈ ਕਲੇਮ ਕੋਈ ਨਾ ਕੋਈ ਫੱਡਾ ਬਣਾ ਛੱਡਦੇ ਨੇ। ਮੇਰੀ ਵੀਡੀਓ ਹੀ ਨਹੀਂ ਵਾਇਰਲ ਕਰਨ ਡੇ ਯਾਰ, ਹੈ ਗੱਲ ਕਰਨ ਵਾਲੀ? ਨਾ ਮੇਰੇ ਸਬਸਕ੍ਰਾਈਬਰ ਵਧਣ ਡੇ, ਨਾ ਮੇਰਾ ਵਾਚ ਟਾਈਮ ਪੂਰਾ ਹੋ ਰਿਹਾ। 4 ਸਾਲ ਹੋ ਗਏ ਨੇ ਸਾਨੂੰ ਖੱਪਦੇ ਆ। ਕਿਉਂ ਅਬਦੁੱਲਾ ਜੱਟ, ਅਬਦੁੱਲਾ ਦੀ ਗੱਲ ਸੁਣੋ ਜੀ, ਕੀ ਕਹਿੰਦਾ ਅਬਦੁੱਲਾ? ਗੱਲ ਢੇਰ ਮਾੜੀ ਯਾਰ, ਕੀ ਰੋਲਾ ਇਹਨਾਂ ਨੂੰ? ਇਹ ਰੋਲਾ ਇਹ ਵੀ ਹੁਣ ਦਵਾਰ ਦੇ ਨਾਲ ਗਾਣਾ ਵਿੱਚ ਵਿੱਚ ਆਏ, ਬਾਅਦ ਵਿੱਚ ਇਹ ਰਵੇ, ਬਾਅਦ ਵਿੱਚ ਇਹ ਹੀ ਰਵੇ, ਬਾਅਦ ਵਿੱਚ ਇਹ ਨਾ ਰਵੇ। ਆ ਮੇਰਾ ਬੇਲੀ ਅਬਦੁੱਲਾ ਜੱਟ, ਤੁਸੀਂ ਕਈਆਂ ਵੀਡੀਓ 'ਚ ਵੇਖਿਆ ਹੋ ਸੀ ਇਹਨੂੰ। ਹਾਂ ਵੇਖਿਆ ਹੈ ਇਹ ਅਬਦੁੱਲਾ ਜੱਟ, ਹਜੇ ਨਾ ਨਾਤਾ ਧੋਤਾ ਨਹੀਂ, ਅੱਜ ਵੈਸੇ ਬੈਠਾ। ਪਤਾ ਨਹੀਂ ਮੈਂ ਨਾ ਧੋ ਕੇ ਫਿਰ ਤੁਹਾਡੇ ਨਾਲ ਮੋੜ ਗੱਲਬਾਤ ਕਰ। ਬਾਕੀ ਇਹ ਜਿਹੜੀ ਗੱਲ ਹੈ ਨਾ, 4 ਸਾਲ ਧੱਕੇ ਖਾਂਦੇ ਹੋ ਗਏ ਨੇ, ਤੁਸੀਂ ਧੱਕੇ ਨੂੰ ਧੱਕ ਦਿੱਤਾ ਹੈ ਤੇ 4 ਸਾਲਾਂ 'ਚ ਆਪਾਂ ਨੂੰ ਇਹਨਾਂ ਨੇ ਨਾ ਵਾਇਰਲ ਕੋਈ ਨਹੀਂ ਕੀਤਾ, ਕੋਈ ਨਹੀਂ ਕੀਤਾ, ਇਹ ਗੱਲ ਪੱਕੀ ਹੈ। ਮਾਸ਼ਾਅੱਲਾ ਅਬਦੁੱਲਾ, ਇੱਥੇ ਧੁੱਪ ਸੇਕ ਰਿਹਾ, ਮੌਸਮ ਅੱਜ ਬਹੁਤ ਅੱਛਾ ਹੈ, ਫੋਗ ਸ਼ੋਗ ਖਤਮ ਹੋਈ। ਜਾਨਵਰ ਆਏ ਸਨ 2 ਨਵੇਂ, ਉਹ ਸਾਡੇ ਇੱਥੇ ਜਾਨਵਰ ਆਉਂਦੇ ਰਹਿੰਦੇ ਨੇ, ਕੋਈ ਟੈਨਸ਼ਨ ਨਹੀਂ ਗੱਲ। ਉਹਦਾ ਰੀਜ਼ਨ ਇਹ ਆ ਵੀ ਅਸੀਂ ਵਪਾਰ ਕਰਨੇ ਆ, ਸਿੱਧੀ ਜੀ ਗੱਲ ਹੈ, ਇੱਥੇ ਜਾਨਵਰ ਆਉਂਦੇ ਰਹਿੰਦੇ ਨੇ, ਇਸ ਕਿੱਲਿਆਂ 'ਤੇ ਨਵੇਂ ਨਵੇਂ ਵਿਕਦੇ ਰਹਿੰਦੇ ਨੇ। ਅਤੇ ਅਬਦੁੱਲਾ ਜੱਟ, ਬਾਕੀ ਗੱਲ ਇਹਨਾਂ ਦੀ ਇਹ ਮਾੜੀ ਹੈ, ਮਾੜੀ ਹੈ, ਤੇ ਜਿਹੜਾ ਆਪਣਾ ਚੈਨਲ ਵਾਇਰਲ ਨਹੀਂ ਪਿਆ, ਵਾਇਰਲ ਨਹੀਂ ਕਰਦਾ ਪਿਆ, ਇਹ ਇਹਨਾਂ ਨੂੰ ਕੀ ਆਖੇ ਬੰਦਾ? ਹੁਣ ਇਹਨਾਂ ਨੂੰ ਆ ਕੀ ਸਕਦੇ, ਹੁਣ ਆਪਣੇ ਵਿਹਲੇ ਇਹ ਬੰਦੇ ਬਣਨ ਯਾਰ, ਬੰਦੇ ਬੰਦੇ ਨਹੀਂ ਬਣਦੇ ਪਏ, ਸਾਨੂੰ ਵਾਇਰਲ ਨਹੀਂ ਕਰਦੇ। ਵਾਇਰਲ ਇਹਨਾਂ ਕਰਨਾ ਕਿੱਥੋਂ ਹੈ, ਦੀ ਆਵੇ ਇਹਨੂੰ ਕੋਈ 4 ਮੱਡੀਆਂ ਲਾਉਣੀਆਂ ਪਾਸਾਂ। ਹੋਰ ਸਾਰੀ ਖੈਰ ਹੈ ਜੀ? ਅਸੀਂ ਮਾਸ਼ਾਅੱਲਾ ਇਸ ਹਫ਼ਤੇ ਦੇ ਵਿੱਚ 2 ਬੜੇ ਹੀ ਖੂਬਸੂਰਤ ਪਰਿੰਦੇ ਆਉਂਦੇ ਨੇ, ਜਿਨ੍ਹਾਂ ਦਾ ਨਾਂ ਹੈ ਜੀ ਅਬਦੁੱਲਾ ਬਾਈ, ਲਵ ਬਰਡਸ, ਲਵ ਬਰਡਸ, ਲਵ ਬਰਡਸ। 2 ਤੋਤੇ ਨੇ ਬੜੇ ਪਿਆਰੇ, ਬੜੇ ਮਿੱਠੇ, ਬੜੇ ਸੋਹਣੇ, ਲਾਲ ਮੋਢਿਆਂ ਵਾਲੇ। ਉਹ ਬੇਲੀਆਂ ਨੂੰ ਆਪਾਂ ਵਹਾਨੇ ਹਾਂ, ਉਸ ਤੋਂ ਪਹਿਲੇ ਇਹ ਜਿਹੜਾ ਮਸਲਾ ਹੈ ਹੱਲ ਕਰ ਦਿਓ, ਸਾਡਾ ਵਾਚ ਟਾਈਮ ਵਾਲਾ ਮਸਲਾ ਹੱਲ ਕਰੋ ਬਈ, ਬੜੀ ਮਿਹਰਬਾਨੀ ਹੋ ਸੀ, ਪਤਾ ਨਹੀਂ ਕੀ ਰੋਲਾ ਤੁਹਾਨੂੰ, ਮਿਹਰਬਾਨੀ ਕਰੋ। ਅੱਜ ਬੜਾ ਹੀ ਖੂਬਸੂਰਤ ਦਿਨ, ਜੁੰਮੇ ਦਾ ਦਿਨ ਮਾਸ਼ਾਅੱਲਾ, ਅਤੇ ਦੁਕਾਨ ਬੰਦ ਹੈ ਜਿੱਦਾਂ ਕਿ ਤੁਹਾਨੂੰ ਪਤਾ, ਹਰ ਜੁੰਮੇ ਵਲੋਗ ਬਣਾਈਦਾ। ਕੱਲ੍ਹ ਇਨਸ਼ਾਅੱਲਾ ਤੁਹਾਨੂੰ ਇਹ ਵੀਡੀਓ ਮਿਲ ਜਾਏਗੀ। ਸਾਰੇ ਜਾਨਵਰ ਮਾਸ਼ਾਅੱਲਾ ਥੜੇ 'ਤੇ ਆਪਣਾ ਇੰਜੋਏਮੈਂਟ ਮਾਰ ਰਹੇ ਨੇ, ਕਬੂਤਰ ਲੈਦਾ ਮਾਰ ਰਹੇ ਨੇ, ਮੁਰਗੇ ਲੈਦਾ ਮਾਰ ਰਹੇ ਨੇ, ਵਿੱਚ ਪੇਰੂ ਫਿਰ ਰਹੇ ਨੇ, ਇਹ ਘਰ ਦੇ ਛੋਟੇ ਛੋਟੇ ਬੱਚੇ ਕਢਾਏ। ਆ ਵੇਖੋ ਮਾਸ਼ਾਅੱਲਾ, ਅੱਜ ਪਹਿਲਵਾਨ ਘਰੋਂ ਨਿਕਲਿਆ ਨਹੀਂ, ਪਹਿਲਵਾਨ ਕਿਤੇ ਘਰ ਹੀ ਹੈ ਅਤੇ ਤਿਆਰੀ ਸ਼ਿਆਰੀ ਕਰ ਰਿਹਾ, ਉਹਨੇ ਵੀ ਕਿਤੇ ਜਾਣਾ ਹੈ ਜੀ, ਅਤੇ ਅਸੀਂ ਫਿਲਹਾਲ ਘਰ ਹੀ ਹਾਂ। ਚਿਸ਼ਤੀਆਂ ਸ਼ਰੀਫ ਜਾਣਾ ਸੀ, ਨਹੀਂ ਪ੍ਰੋਗਰਾਮ ਬਣਿਆ, ਫਿਲਹਾਲ ਇੱਥੇ ਹੀ ਹਾਂ, ਇੱਥੇ ਹੀ ਜੁਮਾ ਸ਼ੁਮਾ ਪੜ੍ਹਾਂਗੇ, ਅੱਲਾ ਖੈਰ ਕਰੇ। ਉਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਲਵ ਬਰਡ ਵਹਾਨਾ, ਕਿੰਨੇ ਸੋਹਣੇ ਅਤੇ ਕਿੰਨੇ ਪਿਆਰੇ ਜਾਨਵਰ ਲੈ ਕੇ ਆਉਣਾ। ਵੇਟ ਕਰੋ ਸਾਈਂ, ਵੇਟ ਕਰੋ। ਕਮਰੇ 'ਚ ਇਹਨਾਂ ਨੂੰ ਬਾਹਰ ਲੈ ਕੇ ਆਇਆ ਅਤੇ ਨਹਾ ਰਿਹਾ ਇੱਕ, ਇਹ ਫੁੱਲ ਇੰਜੋਏਮੈਂਟ ਮਾਰ ਰਿਹਾ ਜੀ, ਫੁੱਲ ਇੰਜੋਏਮੈਂਟ। ਇਹ ਚੈੱਕ ਕਰੋ ਮਾਸ਼ਾਅੱਲਾ,
ਹੈ ਜਿਵੇਂ ਸਾਡੇ ਨਾਲ ਦੇ ਵਿਹਲੀ ਨਹੀਂ, ਧੁੱਪ ਦਾ ਇੰਤਜ਼ਾਰ ਕਰਦੇ ਵੀ 4 ਦਿਨ ਵੇਖ ਲਈਏ ਧੁੱਪ ਨਿਕਲ ਆਏ ਅਤੇ ਫਿਰ ਕਿਤੇ ਜਾ ਕੇ ਨਹਾਉਂਦੇ ਹਾਂ। ਉੱਦਣ ਹੀ ਫਿਰ ਅਸੀਂ ਵੀ ਟਾਈਮ ਕੱਢਣਾ ਹੁੰਦਾ ਤਸੱਲੀ ਨਾਲ ਨਹਾਉਣ ਵਾਸਤੇ, ਇਵੇਂ ਅੱਜ ਇਹ ਕੱਢ ਕੇ ਬੈਠੇ ਨੇ। ਧੁੱਪੇ ਲਿਆ ਕੇ ਰੱਖਿਆ ਕਮਰੇ 'ਚ, ਇਹ ਨਹੀਂ ਨਹਾਤੇ ਇੱਕ ਦਿਨ ਵੀ, ਇੱਥੇ ਪੂਰੇ ਨਹਾ ਰਹੇ ਨੇ, ਪੂਰੀਆਂ ਮਸਤੀਆਂ ਕਰ ਰਹੇ ਨੇ, ਪੂਰਾ ਆਪਣਾ ਮਾਹੌਲ ਇੰਜੋਇਮੈਂਟ ਮਾਰ ਰਹੇ ਨੇ। ਦਰਅਸਲ ਨਾ ਕਮਰੇ 'ਚ ਹੀ ਰਹੇ ਨੇ ਜਿੱਦਣ ਦੇ ਆਉਂਦੇ ਨੇ, ਅੱਜ ਬਾਹਰ ਆਏ ਨੇ ਅਤੇ ਮਾਸ਼ਾਅੱਲਾ ਨਹਾ ਰਹੇ ਨੇ। ਦੂਸਰੇ ਨੂੰ ਚੜ੍ਹ ਰਿਹਾ ਬੁਖਾਰ ਚੜ੍ਹ ਰਿਹਾ ਦੂਸਰੇ ਨੂੰ ਵੀ ਨਹਾਉਣ ਦਾ, ਇਹ ਮਾਸ਼ਾਅੱਲਾ ਫੁੱਲ ਇੰਜੋਇਮੈਂਟ ਮਾਰ ਰਿਹਾ ਜੀ। ਚੈੱਕ ਕਰ ਇਹਦੇ ਕੰਮ ਚੈੱਕ ਕਰ, ਦੂਜਾ ਹਜੇ ਨਹੀਂ ਆਇਆ ਇਹਦੇ ਆਲ ਨੂੰ ਨਹਾਉਣ ਵਾਸਤੇ, ਹਜੇ ਇੱਕੋ ਸਬਜ਼ ਜਿਹਾ ਹੀ ਨਹਾਈ ਜਾਂਦਾ, ਪੀਲੇ ਰੰਗ ਵਾਲਾ, ਉੱਥੇ ਹੀ ਆਪਣਾ ਵਾਲਾਂ ਨੂੰ ਤੋ ਧੁੱਪ ਲਵਾ ਰਿਹਾ ਚੰਗੀ ਤਰ੍ਹਾਂ, ਐਂ ਖਿਲਾਰ ਕੇ ਐਂ ਫਰੈਸ਼ਮੈਂਟ ਹੋ ਕੇ। ਆਜਾ ਵੀ ਤੂੰ ਵੀ ਨਾਲ ਆ। ਕਬੂਤਰ ਆਪਣਾ ਵੱਖਰਾ ਇੰਜੋਇਮੈਂਟ ਮਾਰ ਰਹੇ ਨੇ ਥੱਲੇ ਇੱਕ ਦੂਜੇ ਨਾਲ, ਕਿਸਿੰਗ ਮਿਸਿੰਗ ਪੱਪਿੰਗ ਸ਼ੱਪਿੰਗ ਕਰ ਰਹੇ ਨੇ ਇੱਕ ਦੂਜੇ ਨੂੰ, ਬਹੁਤ ਅੱਛਾ ਆਪਣਾ ਪੂਰਾ ਇੰਜੋਇਮੈਂਟ ਮਾਰ ਰਹੇ ਨੇ। ਅਤੇ ਆਓ ਫਿਰ ਮੈਂ ਤੁਹਾਨੂੰ ਹੁਣ ਲਵ ਬਰਡ ਵਹਾਉਣ ਲੱਗਾ, ਦੋ ਬੜੇ ਖੂਬਸੂਰਤ ਇਹ ਮਾਸ਼ਾਅੱਲਾ ਪਿੰਜਰੇ 'ਚ ਨੇ, ਅਤੇ ਇੱਕ ਦਾ ਰੰਗ ਯੈਲੋ ਇੱਕ ਦਾ ਸਬਜ਼ ਹੈ, ਚੁੰਝਾਂ ਇਹਨਾਂ ਦੀਆਂ, ਇੱਕ ਦੀ ਸੁਰਖ ਲਾਲ ਹੈ ਮਾਸ਼ਾਅੱਲਾ। ਓਏ ਹੋਏ ਹੋਏ ਮੇਰੇ ਸੋਹਣੇ ਰੱਬ ਦੇ ਹੀ ਆ ਕੰਮ ਨੇ, ਇੰਨੇ ਇੰਨੇ ਸੋਹਣੇ ਰੰਗ ਭਰ ਦੇਣੇ, ਕਿਆ ਬਾਤ ਹੈ, ਵੇਖੋ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹ ਮੈਂ ਤੁਹਾਨੂੰ ਇਹਨਾਂ ਦਾ ਫਰੰਟ ਹਿੱਸਾ ਤੋਂ ਚੈੱਕ ਕਰਾ ਰਿਹਾ, ਹੁਣ ਮੈਂ ਤੁਹਾਨੂੰ ਇਹਨਾਂ ਦੀ ਬੈਕ ਸਾਈਡ ਤੋਂ ਵੀ ਚੈੱਕ ਕਰਾਉਣਾ। ਇਹ ਦੋਨੋਂ ਜੀ ਪੇਅਰ ਹੈ ਮਾਸ਼ਾਅੱਲਾ, ਜੋੜਾ ਇਹਨਾਂ। ਇੱਕ ਦਫ਼ਾ ਅਸੀਂ ਜਿੱਦਾਂ ਲੈ ਕੇ ਆਏ ਹਾਂ ਦੂਸਰੇ ਦਿਨ ਇਹਨਾਂ ਨੇ ਆਂਡੇ ਦੇ ਦਿੱਤੇ ਸਨ, ਪਰ ਉਹ ਆਂਡੇ ਅਸੀਂ ਖਰਾਬ ਕਰ ਲਏ ਨੇ, ਸਾਨੂੰ ਸਮਝ ਨਹੀਂ ਸੀ ਵੀ ਉਹਨਾਂ ਦੀ ਦੇਖਭਾਲ ਕਿੱਦਾਂ ਕਰਨੀ ਹੈ, ਕੀ ਸੂਰਤ ਹਾਲ ਹੈ। ਫਿਲਹਾਲ ਤਾਂ ਉਹ ਜ਼ਾਇਆ ਕਰ ਲਏ ਨੇ, ਹੁਣ ਅਗਲੀ ਇਨਸ਼ਾਅੱਲਾ ਜ਼ਾਇਆ ਨਹੀਂ ਹੋਣ ਦਿਆਂਗੇ ਜੀ ਇਹਨਾਂ ਦੇ ਆਂਡੇ। ਇਹ ਮੈਂ ਤੁਹਾਨੂੰ ਹੁਣ ਬੈਕ ਸਾਈਡ ਤੋਂ ਰੰਗ ਚੈੱਕ ਕਰਾਉਂਦਾ ਇਹਨਾਂ ਦਾ, ਐਂ ਮਾਸ਼ਾਅੱਲਾ ਚੈੱਕ ਕਰੋ, ਐਂ ਮੇਰੇ ਸੋਹਣੇ ਰੱਬ ਦੀਆਂ ਕੁਦਰਤ ਦੀਆਂ ਨਿਸ਼ਾਨੀਆਂ ਚੈੱਕ ਕਰੋ ਮਾਸ਼ਾਅੱਲਾ। ਇਹ ਸੋਹਣੇ ਰੱਬ ਦੇ ਹੀ ਕੰਮ ਨੇ, ਮੋਤੀ ਪਰੋ ਛੱਡਦਾ ਸੋਹਣਾ ਰੱਬ, ਇਹ ਤੇਰੀ ਕਿਆ ਬਾਤ ਮਾਸ਼ਾਅੱਲਾ ਮਾਸ਼ਾਅੱਲਾ। ਚੈੱਕ ਕੀਤੇ ਸੁਬਹਾਨ ਅੱਲਾ, ਵਾਹ ਮਾਲਕਾ ਵਾਹ ਤੇਰੀਆਂ ਸ਼ਾਨਾ। ਹੈ ਇਹ ਇਹ ਦਰਅਸਲ ਜਿੱਦਣ ਦੇ ਆਉਂਦੇ ਨੇ ਕਮਰੇ 'ਚ ਸਾਡੇ, ਇੱਥੇ ਆਣ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਫਰੈਸ਼ ਫੀਲ ਕਰ ਰਹੇ ਨੇ। ਇਹਨਾਂ ਨੂੰ ਮੈਂ ਧੁੱਪੇ ਰੱਖਣਾ, ਫਿਲਹਾਲ ਮੈਂ ਵੀ ਲਿਆ ਕੇ ਛਾਵੇਂ ਰੱਖੇ ਨੇ ਧੁੱਪ ਥੋੜ੍ਹੀ ਜਿਹੀ। ਓਏ ਮਸਤੀਆਂ ਨਾ ਕਰੋ, ਆ ਜਾਓ, ਇਹ ਧੁੱਪ ਦੀ ਥੋੜ੍ਹੀ ਜਿਹੀ ਇੰਜੋਇਮੈਂਟ ਚੱਕੋ। ਹਾਂ ਮਾਸ਼ਾਅੱਲਾ ਮਾਸ਼ਾਅੱਲਾ, ਦੋ ਮਿੰਟ ਇਹਨਾਂ ਨੂੰ ਬਸ ਇੱਥੇ ਧੁੱਪੇ ਰੱਖਾਂਗੇ, ਬਾਅਦ 'ਚ ਫਿਰ ਇਹਨਾਂ ਨੂੰ ਅੰਦਰ ਲੈ ਜਾਣਾ, ਬਾਹਰ ਨਹੀਂ ਅਸੀਂ ਰੱਖਦੇ। ਬਾਕੀ ਮੇਰੇ ਘਰ ਦੇ ਦੋ ਹੋਰ ਬੜੇ ਪਿਆਰੇ ਤੋਤੇ ਨੇ ਜਿਹੜੇ ਖੁਦ ਅਸੀਂ ਆਪਣੇ ਹੱਥਾਂ ਨਾਲ ਪਾਲੇ ਨੇ, ਛੋਟੇ ਛੋਟੇ ਆਉਂਦੇ ਸਨ, ਬਿਲਕੁਲ ਛੋਟੇ ਛੋਟੇ, ਫੁੱਲ ਵੱਡੇ ਹੋ ਗਏ ਨੇ ਮਾਸ਼ਾਅੱਲਾ, ਹੁਣ ਉਹਨਾਂ ਦੀ ਗਾਨੀ ਵੀ ਨਿਕਲ ਆਈ ਹੈ, ਚੁੰਝਾਂ ਵੀ ਤਿੱਖੀਆਂ ਹੋ ਗਈਆਂ, ਬੜੇ ਪਿਆਰੇ ਤੋਤੇ ਨੇ ਉਹ ਵੀ। ਫਿਲਹਾਲ ਆ ਜੋੜਾ ਹੁਣ ਬਾਹਰ ਆਉਂਦਾ, ਮਸਤੀਆਂ ਕਰ ਰਿਹਾ ਹੈ, ਇਹ ਖੇਡ ਰਹੇ ਨੇ ਇੱਕ ਦੂਜੇ ਨਾਲ ਫੁੱਲ ਪਿਆਰ ਮੁਹੱਬਤ। ਮਾਸ਼ਾਅੱਲਾ ਮਾਸ਼ਾਅੱਲਾ,
ਮਾਸ਼ਾਅੱਲਾ ਤੁਸੀਂ ਤੁਹਾਨੂੰ ਕਿੱਦਾਂ ਦੇ ਲੱਗੇ ਸਾਡੇ ਲਵਬਰਡ ਪੇਅਰ, ਤੁਸੀਂ ਕਮੈਂਟਾਂ 'ਚ ਲਾਜ਼ਮੀ ਹੁਣ ਸਾਨੂੰ ਇਸ ਚੀਜ਼ ਦਾ ਜਵਾਬ ਦੇਣਾ, ਤੁਹਾਡੀ ਬੜੀ ਮਿਹਰਬਾਨੀ। ਸਾਡੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਨਾ ਯਾਰ, ਵਾਚ ਟਾਈਮ ਕੰਪਲੀਟ ਕਰ ਦਿਓ। ਯੂਟਿਊਬ ਵਾਲਿਓ ਤੁਹਾਨੂੰ ਕੀ ਮਸਲਾ, ਮੇਰੇ ਚੈਨਲ ਨਾਲ ਕੀ ਮਸਲਾ? 3-4 ਸਾਲ ਹੋ ਗਏ ਨੇ ਹਜੇ, ਕੋਈ ਮੇਰਾ 1100-1150 ਵੀ ਨਹੀਂ ਅਜੇ ਹੋਇਆ ਸਬਸਕ੍ਰਾਈਬਰ। ਤੁਹਾਡੀ ਮਿਹਰਬਾਨੀ, ਸਾਨੂੰ ਵਾਇਰਲ ਕਰ ਦਿਓ, ਬੜੀ ਮਿਹਰਬਾਨੀ। ਸੁਭਾਨ ਅੱਲਾ, ਸੁਭਾਨ ਅੱਲਾ, ਅੱਲਾ ਦੀ ਅਮਾਨ, ਫੀ ਅਮਾਨ ਅੱਲਾ ਜੀ। ਹੱਸਦੇ ਵਾਸਦੇ ਰਹੋ, ਖੁਸ਼ ਰਹੋ, ਦੁਆਵਾਂ 'ਚ ਯਾਦ ਰੱਖਿਆ ਜੇ, ਬੜੀ ਮਿਹਰਬਾਨੀ।